ਫਰਕ ਹੀ ਫਿਰ ਸਾਨੂੰ ਦੱਸ ਸਕਦਾ ਬੜਾ ਸਾਡਾ ਛਪੜਾ ਵਗਦਾ ਅਤੇ ਫਿਰ ਸਾਨੂੰ ਧੋਣੀ ਪਈ ਹੈ ਅਤੇ ਅਸੀਂ ਧੋ ਕੇ ਇਹਨਾਂ ਨੂੰ ਅਤੇ ਫਿਰ ਇਹਨਾਂ ਦਾ ਕੁਛ ਅੱਗੇ ਕਰ ਅਤੇ ਅਸੀਂ ਇਹਨਾਂ ਨੂੰ ਕੱਟ ਲਾ ਲੈਂਦੇ ਇਸ ਤਰ੍ਹਾਂ ਅਤੇ ਬਕਾਇਆ ਜਿਹੜਾ ਅਸੀਂ ਹੈਗਾ ਇਹਨਾਂ ਦਾ ਮਸਾਲੇ ਜ਼ਿਆਦਾ ਲੰਬੇ ਨੇ ਅਤੇ ਅਸੀਂ ਇਹਨਾਂ ਨੂੰ ਕੱਟ ਲੈਂਦੇ ਵਾ ਗੋਭੀ ਸਾਫ ਅਤੇ ਅਸੀਂ ਜਿਹੜਾ ਹੁਣ ਲਸਣ ਛਿੱਲਣੇ ਆ ਲਸਣ ਛਿੱਲਣ ਤੋਂ ਬਾਅਦ ਲਸਣ ਵੀ ਸਾਡਾ ਬਾਰਿਸ਼ ਗਿੱਲਾ ਹੋ ਗਿਆ ਮਿਰਚਾਂ ਨੂੰ ਵੀ ਕੱਟ ਲਾ ਲਿਆ ਵੇਖੋ ਛੋਟੇ ਛੋਟੇ ਮਿਰਚਾਂ ਸੀ ਉਹਨਾਂ ਨੂੰ ਅਸੀਂ ਕੱਟ ਲਾ ਲਿਆ ਕਿਉਂਕਿ ਅਸੀਂ ਫਿਲ ਕਰਨਾ ਅਤੇ ਅਸੀਂ ਬੜਾ ਮਜ਼ੇਦਾਰ ਰਾਤਾ ਬਣਦਾ ਤੁਸੀਂ ਜਿੰਨਾ ਮਰਜ਼ੀ ਖਾ ਸਕਦੇ ਹੋ ਚਾਹੇ ਰੋਟੀ ਨਾਲ ਨਾਨ ਨਾਲ ਅਸੀਂ ਖਾ ਸਕਦੇ ਹੋ ਅਤੇ ਬਾਇਲ ਚਾਵ ਨਾਲ ਵੀ ਤੁਸੀਂ ਸਰਵ ਕਰ ਸਕਦੇ ਹੋ ਅਤੇ ਬਹੁਤ ਹੀ ਮਜ਼ੇਦਾਰ ਬਣਦਾ ਲੱਕੜੀਆਂ ਦੀ ਅੱਗ ਦੇ ਧਿਆਨ ਦੀ ਵੈਸੇ ਬਹੁਤ ਟੇਸਟੀ ਬਣਦੀ ਜੀ ਅਤੇ ਛੱਪੜਾ ਵਗਦਾ ਅਤੇ ਉਹਦੀ ਵਜ੍ਹਾ ਸਾਰੇ ਬਰਤਨ ਜਿਹੜੇ ਨੇ ਖਰਾਬ ਹੋ ਗਏ ਨੇ ਅਤੇ ਅਸੀਂ ਇਹਨਾਂ ਨੂੰ ਸਾਫ਼ ਕਰ ਲੈਂਦੇ ਅੱਛੀ ਤਰ੍ਹਾਂ ਪਾਣੀ ਮਾਰ ਕੇ ਇਹਨਾਂ ਨੂੰ ਸਾਡਾ ਸਾਰਾ ਗਿੱਲਾ ਹੋ ਗਿਆ ਛੱਪੜੇ ਦੀ ਵਜ੍ਹਾ ਅਤੇ ਉਹ ਛੱਪੜਾ ਵਗਦਾ ਸਾਡਾ ਅਤੇ ਆਵਾਜ਼ ਹੁਣ ਬਹੁਤ ਤੇਜ਼ ਹੋ ਗਈ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਘਰ ਹੀ ਬਣਾਈ ਅਸੀਂ ਡਬਲ ਜਾਲੀ ਕਰਕੇ ਕਿਉਂਕਿ ਸਾਡੇ ਕੋਲ ਉਹ ਨਹੀਂ ਸੀ ਹੈ ਇੱਥੇ ਹੋਈਆਂ ਨਹੀਂ ਸੀ ਹੈ ਅਤੇ ਅਸੀਂ ਇਹ ਜਾਲੀ ਰੱਖ ਦਿੱਤੀ ਉੱਤੇ ਅਤੇ ਜੀ ਅਸੀਂ ਜਿਹੜਾ ਹੁਣ ਅੱਗ ਕਰ ਦਿੰਦੇ ਹਾਂ ਬਰਾਬਰ 'ਤੇ ਤਾਂ ਕਿ ਜਿਹੜਾ ਸਾਡਾ ਅਸੀਂ ਬੇਗਨ ਫਰਾਈ ਕਰਨੇ ਨੇ ਉਹ ਸਾਰਿਆਂ ਨੂੰ ਇੱਕ ਜਿਹਾ ਅਸੀਂ ਅੱਗ ਮਿਲੇ ਅਤੇ ਅਸੀਂ ਲਾਉਣ ਲੱਗੇ ਹਾਂ ਪਹਿਲੇ ਓਇਲ ਕਿਉਂਕਿ ਸਾਡੇ ਪਿੰਡ 'ਚ ਓਇਲ ਵੀ ਨਹੀਂ ਮਿਲਦਾ ਅਤੇ ਅਸੀਂ ਇਸ ਵਜ੍ਹਾ ਜਿਹੜਾ ਸਾਡਾ ਘਿਓ ਹੈ ਅਸੀਂ ਉਹਦੇ ਨਾਲ ਹੀ ਕਰਾਂਗੇ ਇਹਨਾਂ ਨੂੰ ਨਾਨੀ ਅੰਮੀ ਵੀ ਬਣਾਉਂਦੇ ਸੀ ਅੱਗੋਂ ਮੇਰੀ ਮੰਮੀ ਵੀ ਬਣਾਉਂਦੇ ਸੀ ਅੱਲਾਹ ਤਾਲਾ ਜਦੋਂ ਅਸੀਂ ਕਰੇ ਦੋਵੇਂ ਨਹੀਂ ਆਇਆ ਦੁਨੀਆ ਪਾਣੀ ਤੋਂ ਚਲੇ ਗਏ ਨੇ ਅਤੇ ਲੇਕਿਨ ਸਾਨੂੰ ਰੈਸਪੀ ਬਹੁਤ ਉਹਨਾਂ ਦੀ ਪਸੰਦ ਸੀ ਅਤੇ ਅਸੀਂ ਵੀ ਇਹਨਾਂ ਕੋਲ ਸਿੱਖੀ ਸੀ ਫਿਰ ਅਤੇ ਅਸੀਂ ਜਿਹੜਾ ਸਾਡੀ ਅੱਗ ਬੁੱਝਦੀ ਤਾਂ ਨਹੀਂ ਪਈ ਅਤੇ ਅਸੀਂ ਗੋਸ਼ਤ ਵੀ ਨਾਲ ਕਰਾਂਗੇ
ਜ਼ਿਆਦਾ ਫਰਾਈ ਹੋ ਰਹੀ ਨੇ ਅਤੇ ਉਸ ਤੋਂ ਇਲਾਵਾ ਜਿਹੜਾ ਅਸੀਂ ਇਹਦਾ ਮਸਾਲਾ ਉਹ ਵੀ ਅਸੀਂ ਤਿਆਰ ਕਰਨੇ ਵਾ ਪਹਿਲੇ ਇਹਨਾਂ ਨੂੰ, ਕਿਉਂਕਿ ਤੁਹਾਨੂੰ ਪਤਾ ਅੱਗ ਹੈਗੀ ਅਤੇ ਅੱਗ ਤੇਜ਼ ਹੋ ਗਈ ਅਤੇ ਸੜ ਜਾਣਗੇ, ਅਤੇ ਅਸੀਂ ਇਹਨਾਂ ਨੂੰ ਸਾੜਨਾ ਨਹੀਂ, ਸਿਰਫ ਇਹਨਾਂ ਨੂੰ ਫਰਾਈ ਕਰਨਾ ਤਾਂ ਕਿ ਇਹਨਾਂ ਦੀ ਜਿਹੜਾ ਅਸੀਂ ਮਸਾਲਾ ਇਹਨਾਂ 'ਚ ਭਰਿਆ ਸੀ ਉਹਨਾਂ ਦੀ ਖੁਸ਼ਬੂ ਵੀ ਇਹਨਾਂ ਦੇ ਵਿੱਚ ਚਲੀ ਜਾਏ ਅਤੇ ਬਹੁਤ ਮਜ਼ੇ ਦੇ ਬਣਦੇ ਨੇ, ਤੁਸੀਂ ਫਰਾਈ ਕਰਨਾ। ਅਤੇ ਅਸੀਂ ਜੀ ਅੱਜ ਮੌਸਮ ਬਹੁਤ ਜ਼ਿਆਦਾ ਅਤੇ ਅਸੀਂ ਜੀ ਅੱਜ ਦੋਨੇ ਚਟਪਟੀ ਚੀਜ਼ ਬਣਾ ਲਈ, ਜਲਦੀ ਬਣ ਜਾਵੇ ਅਤੇ ਨਾਲੇ ਚਸਕਾ ਵੀ ਹੋਈ ਹੈ। ਸਾਡੇ ਬੇਗਨ ਫਰਾਈ ਹੋ ਰਹੇ ਨੇ ਅਤੇ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ, ਬਾਰਿਸ਼ ਨੇ ਗੰਦ ਵੀ ਬਹੁਤ ਜ਼ਿਆਦਾ ਮਾਰਤਾ, ਸਾਡਾ ਕਿਚਨ ਸਾਰਾ ਤਹਿਸ ਨਹਿਸ ਉਹਨੇ ਕਰ ਦਿੱਤਾ ਅਤੇ ਲੇਕਿਨ ਦੁਬਾਰਾ ਅਸੀਂ ਉਹਨੂੰ ਸਹੀ ਕਰਾਂਗੇ। ਅਤੇ ਹਵਾ ਵੀ ਬਹੁਤ ਜ਼ਿਆਦਾ ਬਲਦੀ ਚੱਲ ਰਹੀ ਹੈ ਅਤੇ ਸਾਡਾ ਚੁੱਲ੍ਹਾ ਬਿਲਕੁਲ ਗਿੱਲਾ ਹੋ ਗਿਆ ਸੀ ਛੱਪਰੇ ਦੀ ਵਜ੍ਹਾ ਤੋਂ, ਅਤੇ ਛੱਪਰਾ ਜਿਹੜਾ ਅਸੀਂ ਉਹ ਵੀ ਹੁਣ ਕਰਾਂਗੇ ਸਹੀ, ਕਿਉਂਕਿ ਉਹ ਬਾਰਿਸ਼ਾਂ ਦਾ ਮੌਸਮ ਮੇਰੇ ਤੱਕ ਵੀ ਆ ਗਈ ਹੈ, ਖੇਲ ਖੁੱਲ ਕੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ। ਜ਼ਾਰਾ ਫਾਤਮਾ ਸਾਡੇ ਨਾਲ ਦੇ ਘਰ ਚਲੀ ਗਈ ਸੀ ਅਤੇ ਵੀ ਇਹਨੇ ਤਾਇਬੂ ਦਾ ਘਰ ਹੈ ਉੱਧਰ ਗਈ ਸੀ ਅਤੇ ਉੱਧਰੋਂ ਹੁਣ ਆਈ ਵੇ, ਅਤੇ ਬਹੁਤ ਹੀ ਬੁਰਾ ਹਾਲ ਹੋ ਗਿਆ ਸੀ, ਪੋਚਾ ਪੁਚਾ ਸਾਰਾ ਮਾਰਿਆ, ਸਾਡਾ ਸਾਰਾ ਲੈ ਗਿਆ ਵੇ, ਅਤੇ ਫੈ ਕੁਛ ਨਹੀਂ ਹੁੰਦਾ, ਦੁਬਾਰਾ ਫਿਰ ਕਰਾਂਗੇ। ਅਤੇ ਇਨ ਸ਼ਾ ਅੱਲਾ ਦੁਬਾਰਾ ਫਿਰ ਅਸੀਂ ਉਹਨੂੰ ਸੇਵ ਕਰਕੇ ਅੱਛਾ ਕਰਕੇ ਪੂਜਾ ਸ਼ੂਜਾ ਮਾਰ ਕੇ ਫਿਰ ਨਵੀਆਂ ਵੀਡੀਓ ਅਸੀਂ ਕਰਾਂਗੇ। ਅਤੇ ਕਿਹਾ ਬਹੁਤ ਜ਼ਿਆਦਾ ਨਾਤਾ ਇਹਨੇ, ਅੱਜ ਬਹੁਤ ਇੰਜੋਏ ਕੀਤਾ ਵੇ, ਅਤੇ ਹੁਣ ਕਹਿ ਰਹੇ ਮੰਮਾ ਮੇਰੇ ਕੱਪੜੇ ਬਦਲ ਲਏ, ਮੈਨੂੰ ਸਰਦੀ ਲੱਗਦੀ ਪਈ ਹੈ, ਅਤੇ ਹੁਣ ਇਹਨੇ ਮੈਂ ਕੱਪੜੇ ਚੇਂਜ ਕਰਨੀ ਵਾਂ, ਅਤੇ ਕੱਪੜੇ ਬਦਲ ਕੇ ਫਿਰ ਆਏਗਾ ਮੇਰੇ ਨਾਲ, ਅਤੇ ਸਾਡੇ ਜਿਹੜੇ ਜੀ ਅਸੀਂ ਚੱਕ ਜੀ ਆਵੇ ਜੀ ਬਿਲਕੁਲ ਅੰਦਰ ਜਾ ਰਹੀ ਹੈ। ਸਾਡੇ ਟਮਾਟਰ ਜਿਹੜੇ ਨੇ ਉਹ ਵੀ ਤਕਰੀਬਨ ਹੋ ਗਏ ਨੇ ਆ ਵੇਖੋ, ਅਤੇ ਤੁਸੀਂ ਇਸ ਤਰ੍ਹਾਂ ਨਾਲ ਚੈੱਕ ਕਰ ਸਕਦੇ ਹੋ। ਅਤੇ ਅਸੀਂ ਹੋਰ ਅਤੇ ਅਸੀਂ ਇਹਨਾਂ ਨੂੰ ਲਾਹਣ ਲੱਗੇ ਹਾਂ, ਸਾਰਾ ਕੁਛ ਮਸਾਲੇ 'ਚ ਜਾਣਾ ਵੇ। ਅਤੇ ਤੁਸੀਂ ਹੁਣ ਲੈਣੇ ਠੰਡਾ, ਅਸੀਂ ਵੈਸੇ ਵੇਖਦੇ ਹਾਂ ਸਾਡੇ ਛਿਲਕੇ ਉੱਤਰਦੇ ਪਏ ਨੇ, ਕਿਤੇ ਉਤਾਰ ਲੈਂਦੇ ਹਾਂ ਅਸੀਂ ਇਹਨਾਂ ਨੂੰ, ਆਪਣਾ ਪਿਆਜ਼ ਵਗੈਰਾ ਸਾਰਾ ਕੁਛ ਕੱਢਨੇ ਵਾ, ਬਣਾ ਲੈਂਦੀ ਹਾਂ। ਅਤੇ ਅਸੀਂ ਪਿਆਜ਼ ਲਿਆਉਂਦੇ ਨੇ, ਪਿਆਜ਼ ਜਿਹੜੇ ਨੇ ਸਾਡੇ ਈਦ ਵਾਲੇ ਉਹ ਖਤਮ ਹੋ ਗਏ ਸੀ, ਇਕੱਠੇ ਲਏ ਸੀ ਅਸੀਂ। ਅਸੀਂ ਹੁਣ ਇਹਨੂੰ ਕਰਨ ਲੱਗੇ ਹਾਂ ਮਿਕਸ, ਅਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਅਸੀਂ ਇਹਨੂੰ ਨਾ ਨਮਕ ਮਿਰਚਾ ਪਾ ਕੇ ਫਿਰ ਇਹਦਾ ਮਸਾਲਾ ਭੁੰਨਾਂਗੇ, ਅਤੇ ਉਸ ਤੋਂ ਬਾਅਦ ਸਾਡਾ ਜਿਹੜਾ ਤਿਆਰ ਹੋਈਏਗਾ। ਅਤੇ ਕਿਆ ਉਹਨੂੰ ਕੱਟ ਲਾਇਆ ਸੀ ਤਾਂ ਕਿ ਆਸਾਨੀ ਨਾਲ ਉੱਤਰ ਜਾਂਦੇ ਆ, ਵੇਖੋ ਬਹੁਤ ਹੀ ਸੋਫਟ ਹੋ ਗਏ ਨੇ ਟਮਾਟਰ ਸਾਡੇ, ਅਤੇ ਈਜ਼ੀਲੀ ਜਿਹੜੇ ਉੱਤਰਦੇ ਪਏ ਨੇ, ਅਤੇ ਅਸੀਂ ਇਹਨੂੰ ਚੁਰੀ ਨਾਲ ਥੋੜ੍ਹਾ ਜਿਹਾ ਕਰ ਲਈਏ। ਸਾਫ ਅਸੀਂ ਬਿਲਕੁਲ ਸਾਫ ਕਰ ਲੈਣੇ, ਓਇਲ ਲਾਉਣ ਦਾ ਮਕਸਦ ਹੈ ਸਾਡੇ ਛਿਲਕੇ ਜਿਹੜੇ ਨੇ ਉਹ ਸਹੀ ਉਤਰ ਜਾਣ, ਅਤੇ ਬਿਲਕੁਲ ਸਹੀ ਉਤਰ ਗਏ ਨੇ। ਅਤੇ ਜੀ ਅਸੀਂ ਹੁਣ ਕਰਨ ਲੱਗੇ ਹਾਂ ਦੂਸਰਾ, ਅਸੀਂ ਆਪਣਾ ਮਸਾਲਾ ਕਰ ਲਈਏ ਵਿੱਚ ਸਾਫ, ਛਿਲਕੇ ਬਹੁਤ ਈਜ਼ੀਲੀ ਉਤਰਦੇ ਨੇ, ਘਿਓ ਵੀ ਆ ਤੁਹਾਡੇ ਕੋਲ, ਜਿਹੜੀ ਚੀਜ਼ ਵੀ ਤੁਹਾਡੇ ਘਰ 'ਚ ਮੁਹੱਈਆ ਤੁਸੀਂ ਉਹਦੇ ਨਾਲ ਹੀ ਇਹਨੂੰ ਕਰ ਸਕਦੇ, ਜੇ ਤਾਂ ਓਇਲ ਹੋਏ ਕਿ ਉਹ ਇਹ ਜਿਹੜਾ ਤੁਸੀਂ ਹੰਡ 'ਚ ਇਸਤੇਮਾਲ ਕਰਦੇ ਜੇ ਈਜ਼ੀਲੀ ਉੱਤਰ ਜਾਂਦੇ ਨੇ ਛਿਲਕੇ, ਆ ਦੇਖੋ ਕੋਈ ਇਹਦੇ 'ਚ ਮੁਸ਼ਕਿਲ ਕੰਮ ਨਹੀਂ, ਈਜ਼ੀ ਹੈ। ਅਤੇ ਬੇਗਮ ਵਗੈਰਾ ਚੱਲੇ ਸੀ ਅਤੇ ਅਸੀਂ ਹੁਣ ਇਹਨੂੰ ਕੁੱਟ ਕੇ ਉਸ ਤੋਂ ਬਾਅਦ ਅਸੀਂ ਮਸਾਲਾ ਦਾ ਤਿਆਰ ਕਰਕੇ ਤਿੰਨ ਦੀ ਭੁੰਨੀ ਲਾਵਾਂਗੇ। ਅਤੇ ਜੀ ਦੁਪਹਿਰ ਦੇ ਖਾਣੇ 'ਚ ਤਾਂ ਬਹੁਤ ਹੀ ਮਜ਼ੇਦਾਰ ਲੱਗਦਾ, ਅਤੇ ਅੱਜ ਮੌਸਮ ਵੀ ਬਹੁਤ ਪਿਆਰਾ ਸੀ, ਅਤੇ ਅਸੀਂ ਕਿਹਾ ਜੀ ਅੱਜ ਅਸੀਂ ਚਟਪਟਾ ਰਾਇਤਾ ਬਣਾਉਂਦੇ ਹਾਂ, ਜਲਦੀ ਬਣ ਜਾਂਦਾ ਵੇ।
ਤੇ ਜੀ ਹੁਸਨੈਨ ਤੇ ਸਾਰਿਆਂ ਨੂੰ ਬਹੁਤ ਪਸੰਦ ਹੈ ਉਹ ਤੇ ਉਂਗਲੀਆਂ ਚੱਟਣਾ ਸ਼ੁਰੂ ਹੋ ਜਾਂਦੇ ਨੇ ਜਿਹਦੇ ਰਾਤ ਨਾਲੇ ਪਾਣਾ ਕਿ ਜਿੰਨਾ ਕੁ ਤੁਸੀਂ ਬਣਾਇਆ ਵੇ ਮਸਾਲਾ ਦੂਸਰਾ ਜਿਹੜਾ ਸੀ ਆਮ ਅਸੀਂ ਪਾਉਣ ਲੱਗੇ ਹਾਂ ਮਿਰਚਾਂ ਅਸੀਂ ਮਸਾਲਾ ਪਾ ਦਿੱਤਾ ਅਤੇ ਜੀ ਆ ਸਾਡਾ ਸੁੱਕਾ ਧਨੀਆ ਅਤੇ ਕੁੱਟਿਆ ਸੀ ਗਰਮ ਮਸਾਲਾ ਅਤੇ ਇਹਨੂੰ ਵੀ ਅਸੀਂ ਵਿੱਚ ਸ਼ਾਮਿਲ ਕਰ ਦਿੰਦੇ ਹਾਂ ਅਤੇ ਮਸਾਲਾ ਵਗੈਰਾ ਕੁੱਟਿਆ ਸੀ ਅਸੀਂ ਉਹ ਸ਼ਾਮਿਲ ਕਰਨ ਲੱਗੇ ਹਾਂ ਸੁੱਕਾ ਸਾਡਾ ਮਸਾਲਾ ਬਿਲਕੁਲ ਹੋ ਗਿਆ ਤਿਆਰ ਦੂਸਰਾ ਜਿਹੜਾ ਪਿਆਜ਼ ਵਗੈਰਾ ਸੀ ਜਿਸ ਤਰ੍ਹਾਂ ਹਾਂਡੀ ਦਾ ਅਸੀਂ ਭੁੰਨੇ ਹਾਂ ਬਹੁਤ ਹੀ ਪਿਆਰਾ ਕਲਰ ਆਇਆ ਅਤੇ ਖਾਣ 'ਚ ਵੀ ਬਹੁਤ ਅੱਛਾ ਅਤੇ ਖੁਸ਼ਬੂ ਬਹੁਤ ਜ਼ਬਰਦਸਤ ਆ ਰਹੀ ਹੈ ਅਤੇ ਅਸੀਂ ਖਾਵਾਂਗੇ ਅਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦਾ ਬਣਿਆ ਅਤੇ ਬਹੁਤ ਹੀ ਮਜ਼ੇ ਦਾ ਬਣਿਆ ਅਤੇ ਅਸੀਂ ਇੱਕ ਦਾ ਰੋਟੀਆਂ ਦੁਪਹਿਰ ਦੀਆਂ ਬਣਾਉਂਦੇ ਹਾਂ ਕਾਫੀ ਜ਼ਿਆਦਾ ਲੇਟ ਹੋ ਗਏ ਹਾਂ ਅਤੇ ਬਾਰਿਸ਼ ਦੀ ਵਜ੍ਹਾ ਤੋਂ ਪੰਜ ਦੋ ਬਾਰਿਸ਼ ਦੀ ਵਜ੍ਹਾ ਤੁਹਾਨੂੰ ਪਤਾ ਹੈ ਅਤੇ ਸਾਨੂੰ ਅਤੇ ਜਲਦੀ ਜਲਦੀ ਬੈਂਗਣ ਫੜੋ ਅਤੇ ਇਹਨਾਂ ਨੂੰ ਫਰਾਈ ਕਰੋ ਅਤੇ ਭੱਠਾ ਬਣਾ ਕੇ ਰੋਟੀ ਖਾਓ ਅਤੇ ਬਹੁਤ ਹੀ ਮਜ਼ੇ ਦੇ ਬਣਦੇ ਨੇ ਅਤੇ ਅਸੀਂ ਰੈਸਪੀ ਬਹੁਤ ਹੀ ਪਿਆਰੀ ਹੈ ਬਹੁਤ ਜ਼ਿਆਦਾ ਅੱਛੀ ਵੇ ਅਤੇ ਬਾਅਦ ਤੱਕ ਥੋੜ੍ਹੀ ਦੇਰ ਇਹਨੂੰ ਵੈਸੇ ਛੱਡਣ ਲੱਗੇ ਹਾਂ ਬੰਦ ਕਰਕੇ ਦਮ 'ਤੇ ਅਤੇ ਮੈਂ ਰੋਟੀਆਂ ਬਣਾ ਲੱਗੀਆਂ ਨਾਲ ਘਿਓ ਵਾਲੀਆਂ ਚਪਾਤੀਆਂ ਅਤੇ ਉਹ ਅਸੀਂ ਖਾਵਾਂਗੇ ਅਤੇ ਅਸੀਂ ਆਈਏ ਸਾਡੀ ਗ੍ਰੈਜੂਏਸ਼ਨ ਅਸੀਂ ਕਰ ਲਈ ਹੈ ਅਤੇ ਉਸ ਤੋਂ ਬਾਅਦ ਸਾਡੀ ਰੋਟੀਆਂ ਬਣ ਗਈਆਂ ਅਤੇ ਸੁਨੈਣ ਭਾਈ ਨੂੰ ਲੱਗੀ ਹੋਈ ਭੁੱਖ ਅਤੇ ਉਹਨੇ ਦੋ ਤਿੰਨ ਦਫ਼ਾ ਮੈਨੂੰ ਕਿਹਾ ਤਾਂ ਮੰਮਾ ਮੈਨੂੰ ਭੁੱਖ ਲੱਗੀ ਹੈ ਅਤੇ